ਸਾਡੇ ਬਾਈ ਸੁਖਜਿੰਦਰ ਲੋਪੋ ਦੇ ਕਹਿਣ ਵਾਂਗੂ 13 ਸਮਾਂ ਕੱਢ ਕੇ ਬੈਠ ਜਾਓ ਬਾਈ। ਵੀਡੀਓ ਆ ਪੂਰੇ 15 ਮਿੰਟਾਂ ਦੀ ਅਤੇ ਬਾਈ ਨੇ ਕਮਾਲ ਕਰਤੀ ਅਤੇ ਅਸੀਂ ਵੀਡੀਓ ਬਣਾਉਣ 'ਤੇ ਪੂਰਾ ਜ਼ੋਰ ਲਾਤਾ। ਅਤੇ ਡੈਰੀ ਫਾਰਮਿੰਗ ਦੇ ਵਿੱਚ ਇਹ ਪਹਿਲੀ ਅਜਿਹੀ ਵੀਡੀਓ ਹੋਊਗੀ ਜਿਹਦਾ ਐਡੀਟਿੰਗ ਕਰਨ ਪੱਖੋਂ ਅਸੀਂ ਵਧੀਆ ਐਨ ਰਿਕਾਰਡ ਤੌਰ 'ਤੇ ਆ। ਆਪਦੀ ਪ੍ਰਸ਼ੰਸਾ ਮੂੰਹੋਂ ਕਿਉਂ ਕਰੀਏ, ਕਿਉਂਕਿ ਬਾਈ ਦੀ ਪ੍ਰਸ਼ੰਸਾ ਕਰਨੀ ਬਣਦੀ ਆ। ਇਹ ਬਾਈ ਨੇ ਸੱਚਮੁੱਚ ਇੱਕ ਗਾਂ ਤੋਂ 70 ਗਾਵਾਂ ਪੈਦਾ ਕਰ ਲਈਆਂ, ਇੱਕ ਗਾਂ ਤੋਂ 70 ਗਾਵਾਂ ਪੈਦਾ ਕਰ ਲਈਆਂ ਵਛੜੀਆਂ ਪਾਲ ਪਾਲ ਕੇ, ਅਤੇ ਇੱਕ ਚੰਗਾ ਡੈਰੀ ਫਾਰਮ ਖੜ੍ਹਾ ਕੀਤਾ ਹੈ ਆਧੁਨਿਕ ਤਕਨੀਕ ਦੇ ਨਾਲ। ਲੈਸ ਇਹ ਡੈਰੀ ਫਾਰਮ ਜੀਰਾ ਦੇ ਲਾਗੇ ਆ। ਇਸ ਬਾਈ ਦੇ ਫਾਰਮ ਦੇ ਵਿੱਚ ਇੱਕ ਤੋਂ ਇੱਕ ਚੜ੍ਹ ਕੇ ਗਾਵਾਂ 30 ਕਿਲੋ ਤੋਂ ਲੈ ਕੇ 55 ਕਿਲੋ ਤੱਕ ਦੀਆਂ ਗਾਵਾਂ ਇਸ ਬਾਈ ਕੋਲ ਆ। ਆਓ ਆਪਾਂ ਜਾਣਦੇ ਹਾਂ ਇਸ ਬਾਈ ਤੋਂ ਇਹਦੇ ਫਾਰਮ ਦੀਆਂ ਹੋਰ ਖਾਸੀਅਤਾਂ। ਆਓ ਜੀ ਕਿਸਾਨ ਭਰਾਵੋ, ਅਪੈਕਸ ਪੰਜਾਬੀ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਅੱਜ ਅਸੀਂ ਪਹੁੰਚੇ ਹਾਂ ਜੀਰਾ ਦੇ ਨਜ਼ਦੀਕੀ ਪਿੰਡ ਲਹਿਰਾ ਰੋਹੀ ਆ। ਉੱਥੇ ਇੱਕ ਸਾਡੇ ਨਾਲ ਜਿਹੜੇ ਕਿਸਾਨ ਮੌਜੂਦ ਨੇ, ਉਹਨਾਂ ਨੇ ਬਿਲਕੁਲ ਸਿੱਧੂ ਮੂਸੇਵਾਲੇ ਦਾ ਜਿਹੜਾ ਗਾਣਾ ਵਾ, ਜੁਰਤਾ ਨਾ ਅੰਬਰਾਂ ਦੀ ਹਿੱਕ ਪਾੜਦੇ ਬੱਲਿਆ ਲਿਫਾਫੇ ਨਹੀਂਓ ਤੀਰ ਕਹਿੰਦੇ ਨੇ, ਬਿਲਕੁਲ ਇਸ ਬਾਈ 'ਤੇ ਢੁਕਦਾ। ਸੱਚ ਸਾਬਤ ਕਰਕੇ ਦਿਖਾਇਆ। ਅਤੇ ਬਾਈ ਦੇ ਪਿੱਛੇ ਪਾਸੇ ਤੁਸੀਂ ਜਾਣਗੇ ਹੋਵੋਗੇ ਕਿ ਅਸੀਂ ਇਹਨਾਂ ਦੇ ਅੱਜ ਡੈਰੀ ਫਾਰਮ 'ਤੇ ਆਏ ਹਾਂ। ਅਤੇ ਤੁਹਾਡਾ ਸਮਾਂ ਜ਼ਿਆਦਾ ਨਾ ਗਵਾਉਂਦੇ ਹੋਏ ਕਰਦੇ ਹਾਂ ਮੁਲਾਕਾਤ ਬਾਈ ਦੇ ਨਾਲ ਕਿ ਇਹਨਾਂ ਨੇ ਡੈਰੀ ਫਾਰਮ ਦੇ ਧੰਦੇ ਦੇ ਵਿੱਚ ਕੀ ਪ੍ਰਾਪਤੀਆਂ ਕੀਤੀਆਂ ਅਤੇ ਕੀ ਇਹਨਾਂ ਨੇ ਬਣਾਇਆ। ਅਤੇ ਅਸੀਂ ਤੁਹਾਨੂੰ ਪਹਿਲਾਂ ਦੱਸ ਦਿੰਦੇ ਹਾਂ ਕਿ ਜੋ ਵੀਡੀਓ ਦੇ ਵਿੱਚ ਅਸੀਂ ਚੈਨਲ ਹੀ ਸ਼ੁਰੂ ਇਸ ਕਰਕੇ ਕੀਤਾ ਕਿ ਸੱਚ ਬਿਆਨ ਕਰੀਏ, ਅਤੇ ਜੋ ਅਸੀਂ ਵੀਡੀਓ ਦੇ ਵਿੱਚ ਬੋਲ ਰਹੇ ਹਾਂ ਉਹ ਬਿਲਕੁਲ ਸੱਚ ਹੋਊਗਾ। ਅਤੇ ਤੁਸੀਂ ਲਹਿਰਾ ਰੋਹੀ ਦੇ ਵਿੱਚ ਆਣ ਕੇ ਇਹ ਸਾਰਾ ਕੁਛ ਚੈੱਕ ਕਰ ਸਕਦੇ ਹੋ। ਅਤੇ ਮੇਰੇ ਨਾਲ ਨੇ ਬਾਈ ਜੀ, ਕੀ ਨਾਮ ਹੈ ਜੀ ਤੁਹਾਡਾ? ਜਸਪਾਲ ਸਿੰਘ। ਬਾਈ ਜਸਪਾਲ ਸਿੰਘ ਲਹਿਰਾ ਰੋਹੀ ਤੋਂ। ਬਾਈ ਜੀ, ਅਸੀਂ ਸਾਡਾ ਪਹਿਲਾ ਕੁਐਸਚਨ ਆ ਕਿ ਜਿੱਦਣ ਤੁਸੀਂ ਇਹ ਡੈਰੀ ਫਾਰਮ ਦਾ ਧੰਦਾ ਸ਼ੁਰੂ ਕੀਤਾ ਅਤੇ ਤੁਹਾਡੇ ਕੋਲ ਕਿੰਨੀਆਂ ਗਾਵਾਂ ਸਨ? ਸਭ ਤੋਂ ਪਹਿਲਾਂ ਤਾਂ ਜੀ ਅਪੈਕਸ TV ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਜੀ ਵੀ ਮੈਂ ਇਹ ਫਾਰਮ ਜਦੋਂ ਸ਼ੁਰੂ ਕੀਤਾ ਤਾਂ ਮੈਨੂੰ ਗਾਵਾਂ ਦਾ ਸ਼ੌਂਕ ਸੀਗਾ। ਮੇਰੇ ਫਾਦਰ ਸਾਹਿਬ ਮੱਝਾਂ ਰੱਖਦੇ ਸੀ, ਠੀਕ ਹੈ ਜੀ, ਤਾਂ ਉਹ ਗਾਵਾਂ ਦੇ ਵਿੱਚ ਉਹਨਾਂ ਦੀ ਜਿਹੜੀ ਰੁਚੀ ਬਹੁਤ ਘੱਟ ਸੀਗੀ, ਬਹੁਤ ਘੱਟ ਸੀ। ਮੈਂ ਇੱਕ ਵੱਛੀ ਤੋਂ ਸ਼ੁਰੂ ਕੀਤਾ ਜੀ। ਹਾਂਜੀ, ਇੱਕ ਵੱਛੀ ਲਈ, ਇੱਕ ਵੱਛੀ ਲੈ ਕੇ ਉਸ ਨੂੰ ਗੱਭਣ ਕੀਤਾ, ਠੀਕ ਹੈ। ਗੱਭਣ ਕਰਨ ਤੋਂ ਬਾਅਦ ਉਹਦਾ ਇੱਕ ਸੂਆ ਮੈਂ ਲਿਆ ਜਿਹਦੇ ਵਿੱਚ ਮੈਨੂੰ ਲੱਗਾ ਕਿ ਜਿਹੜੀ ਆਮ ਨੋਰਮਲ ਕਰੋਸ ਬਰੀਡ ਦੀ ਗਾਂ ਹੈ ਜਿਸ ਨੇ ਕਿ ਪਹਿਲਣ ਵਹਿੜ ਨੇ 15-16 ਲੀਟਰ ਦੁੱਧ ਦਿੱਤਾ, ਜਿਸ ਦੇ ਵਿੱਚ ਜਿਹੜਾ ਮੱਝਾਂ ਦਾ ਦੁੱਧ ਵੱਧ ਤੋਂ ਵੱਧ ਸਾਡੇ ਕੋਲ 8-10 ਲੀਟਰ ਤੱਕ ਹੀ ਹੁੰਦਾ ਸੀਗਾ, ਠੀਕ ਹੈ ਜੀ। ਦੂਸਰੇ ਸੂਏ ਜਦੋਂ ਉਹ ਵਹਿੜ ਤਿਆਰ ਹੋਈ ਮੇਰੇ ਕੋਲ ਤਾਂ ਮੈਂ ਉਸਨੂੰ ਸੇਲ ਕਰਤਾ, ਠੀਕ ਹੈ। ਉਦੋਂ ਗਾਵਾਂ ਦੀ ਕੀਮਤ ਬਹੁਤ ਘੱਟ ਹੁੰਦੀ ਸੀ, ਮੇਰੀ ਉਹ ਵਹਿੜ ਕੋਈ 11,000 ਰੁਪਏ ਦੀ ਸੇਲ ਹੋਈ। ਆਪਾਂ ਨਾ ਇਹ ਸੰਖੇਪ ਦੇ ਵਿੱਚ ਤੁਹਾਨੂੰ ਕਿਸਾਨ ਵੀਰੋ ਦੱਸਦੇ ਹਾਂ ਕਿ ਜਿਹੜਾ ਆਹ ਮਗਰ ਤਾਰੋ ਮਦਾਰ ਆ ਨਾ, ਅੱਜ ਕੱਲ੍ਹ 80-90 ਪਸ਼ੂਆਂ ਦਾ ਵਾ, ਇਹ ਸਾਰਾ ਇੱਕ ਗਾਂ ਤੋਂ ਸ਼ੁਰੂ ਕੀਤਾ ਵਾ, ਇੱਕ ਵੱਛੀ ਤੋਂ। ਅਤੇ ਬਾਈ ਨੇ ਕਿਵੇਂ ਦਿਨ ਬ ਦਿਨ ਮਿਹਨਤ ਕੀਤੀ ਅਤੇ ਉਹ ਸਾਰੀ ਕਹਾਣੀ ਆਪਾਂ ਬਾਈ ਦੇ ਨਾਲ ਜਿਹੜੀ ਹੈਗੀ ਆ ਉਹ ਪੁੱਛ ਰਹੇ ਹਾਂ। ਅਤੇ ਵੀਰੋ, ਤੁਸੀਂ ਟ੍ਰੇਨਿੰਗ ਵਗੈਰਾ ਵੀ ਲਈ ਡੈਰੀ ਧੰਦੇ ਦੀ? ਹਾਂਜੀ, ਮੈਂ ਤਰਨ ਤਰਨ ਡੇਅਰੀ ਡਿਵੈਲਪਮੈਂਟ ਬੋਰਡ ਤੋਂ ਟ੍ਰੇਨਿੰਗ ਕੀਤੀ। ਅੱਛਾ ਜੀ। ਉਸ ਤੋਂ ਬਾਅਦ ਮੇਰੇ ਉਸਤਾਦ ਸਰਦਾਰ ਜੋਗਿੰਦਰ ਸਿੰਘ ਜੀ, ਹਾਂਜੀ, ਵੈਟਨਰੀ ਇੰਸਪੈਕਟਰ, ਅੱਛਾ, ਅਤੇ ਸਰਦਾਰ ਰਾਜਵੀਰ ਸਿੰਘ ਜੀ, ਮੈਂ ਉਹਨਾਂ ਨਾਲ 1 ਸਾਲ ਫੀਲਡ ਦੇ ਵਿੱਚ ਵਰਕ ਵੀ ਕੀਤਾ। ਤੁਸੀਂ ਪ੍ਰੈਕਟਿਸ ਵੀ ਕਰਦੇ ਹੋ? ਹਾਂਜੀ ਹਾਂ, ਮੈਨੂੰ ਪ੍ਰੈਕਟਿਸ ਕਰਦੇ ਨੂੰ ਜੀ 10 ਸਾਲ ਹੋ ਗਏ ਆ। ਅੱਛਾ। ਮੈਂ 2010 ਦੇ ਵਿੱਚ ਆਪਣੇ ਏਰੀਏ ਦੇ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ ਸੀ। ਅੱਛਾ। ਜਿਸ ਦੇ ਵਿੱਚ ਮਤਲਬ ਕਿ ਗਾਵਾਂ ਦੇ ਟ੍ਰੀਟਮੈਂਟ ਦੇ ਵਿੱਚ ਜਾਂ AI ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਮਤਲਬ ਕਿ ਚੰਗਾ ਆਪਣਾ ਆਪਦਾ ਨਾਮ ਬਣਾਇਆ ਤੁਹਾਡਾ ਇਲਾਕੇ ਦੇ ਵਿੱਚ ਨਾਮ ਆ। ਹਾਂਜੀ ਬਈ, AI ਦੇ ਵਿੱਚ। ਹਾਂਜੀ ਹਾਂਜੀ। ਅਤੇ ਮੈਂ ਜਦੋਂ ਆਪਾਂ ਆਏ ਨਾ ਬਾਈ, ਆਪਾਂ ਗੱਲਾਂ ਕਰਦੇ ਸੀ ਹੰਕ ਮਲੇਸ਼ਾ, ਇਹ ਕਾਹਦੇ ਨਾਮ ਸੀਗੇ ਜੋ ਤੁਸੀਂ ਮੈਂ ਬੋਲਦੇ ਸੀ? ਮੈਂ ਤਾਂ ਕਿਹਾ ਕਿਤੇ ਮਤਲਬ ਅੰਗਰੇਜ਼ਾਂ ਦੇ ਨਾਮ ਆ, ਇਹ ਕੀ ਨਾਮ ਸੀਗੇ? ਨਹੀਂ ਜੀ, ਇਹ ਨਾ ਇਸ ਤਰ੍ਹਾਂ ਵੀ ਜਿਸ ਅਲੱਗ ਅਲੱਗ ਕੰਪਨੀਆਂ ਦਾ, ਅੱਛਾ, ਅਲੱਗ ਅਲੱਗ ਸੀਮਨ, ਠੀਕ ਆ, ਅਤੇ ਅਲੱਗ ਅਲੱਗ ਬੁੱਲਾਂ ਦੇ ਨਾਮ।
अच्छा जिस तरह वर्ल्ड वाइड दे विच कुछ साढ़े कोले कफ है गया, जिस दे विच लकोर्स हो गया, ठीक है, वीगो हो गया, ठीक है, हंक हो गया, ठीक है, कॉमन, ठीक है, ते कुछ जिस तरह एबीएस दे आ, हां एबीएस दे विच हॉट स्टार हो गया, ठीक है, चार्म हो गया, ठीक है, इस तरह दे काफी बोल है जी। ठीक है, अजकल जिहड़ा तुहाडा फार्म है डेयरी फार्म एच एफ दे विच, ये आ जे बुलों के ना ले सीमन ये लगे आखे दे मतलब तजर्बे किए हुए तो की इन्हों का दुध दरकार? हाँ जी, साढ़े को हजे मतलब कि मिल्किंग दे नहीं जी आई। अच्छा, साढ़े को इस सीमन दड़ियाँ वैड़ा है वह गबणा है जड़िया कि आने वाले मतलब कि इस साल के 2021 के अक्टूबर नवंबर के जाके सूण गई। ठीक है जी, तो फिर उन्हों का पता लगेगा भी वह की रिकॉर्ड दिदिया ने। अच्छा, जेडे अपनियां कॉम्पीटिशन होंदे आ पशुआं दे जानवरां दे काओ दे एच एफ दे जर्सी दे इन्हां दे विच कदे हिस्सा लिया तुसी? नहीं जी, मैं वैसे मिल्किंग दे विच हिस्सा नहीं लिया। अच्छा, काफ रैली दे विच हिस्सा लिया जिस दे विच मतलब कि भी मैं जर्सी दे विच मान लो काफ रैली दे विच टॉपर रहा। ठीक है, तां वैसे मिल्किंग दे विच नहीं मैं अज तक हिस्सा लिया, पर अपने कोल अपने फार्म दे उत्ते घट तो घट 30 लीटर। अच्छा, ते वध तो वध जाने दी 55 तो भी प्लस वालियां गावां है। मतलब 55 लीटर दुध देण वालियां तुहाडे कोले इस वक्त गावां हैगियां? हैगियां जी। अच्छा, अपने किसान भरा जर्सी अली ते गिर अली काफी मोड़ा दे रहे आ, जर्सी तुसीं दस्सिया भी असीं टॉप रहे आ, ते गिर दा भी कोई हैगा जानवर अपने कोले? नहीं जी, गिर नहीं साढ़े कोल हैगा, साढ़े कोल साहीवाल आ। अच्छा, साहीवाल S34 ਦੇ ਸੀਮਨ ਦੀ ਇੱਕ ਪਹਿਲਣ ਵੈੜ ਸਾਡੇ ਕੋਲ ਐਤਕੀ ਸੂਈ ਹੈ, ਪਹਿਲੇ ਸੂਏ, ਠੀਕ ਹੈ, ਜਿਹੜੀ ਕਿ 24-25 ਲੀਟਰ ਤੇ ਚੱਲ ਰਹੀ ਆ। ਠੀਕ ਹੈ ਜੀ, ਉਸ ਦਾ ਅੱਗੇ ਜਿਹੜਾ ਕਾਫ ਆ ਫੀਮੇਲ ਉਹ ਨਾਮਧਾਰੀ ਬਾਬਰ ਦੀ ਹੈ ਜੀ। ਠੀਕ ਹੈ ਜੀ, ਹਾਂਜੀ ਹਾਂ, ਉਹ ਆਪਣੇ ਕੋਲ ਕਾਫ ਆ ਜਿਹੜਾ ਉਹ ਸੇਲ ਆ, ਜੇ ਕਿਸੇ ਨੇ ਲੈਣਾ ਹੋਵੇ ਤਾਂ ਉਹ ਵੀਰ ਲੈ ਸਕਦਾ, 20 ਦਿਨ ਦੀ ਏਜ ਆ ਉਹਦੀ। ਠੀਕ ਹੈ ਜੀ, ਹਾਂਜੀ, ਤੇ ਤੁਸੀਂ ਜਿਹੜਾ ਡੇਅਰੀ ਫਾਰਮ ਨੂੰ ਕਾਮਯਾਬ ਕਰਨ ਦੇ ਪਿੱਛੇ ਇੱਕ ਮੈਨੂੰ ਹੋਰ ਗੱਲ ਦੱਸੀ ਸੀ ਚਾਹ ਪੀਂਦਿਆਂ ਤੋਂ, ਬਈ ਅਸੀਂ ਮਸ਼ੀਨਰੀ ਨੂੰ ਛੇਤੀ ਅਪਣਾ ਲੈਂਦੇ ਹਾਂ, ਇਹ ਜਿਹੜੀ ਮਸ਼ੀਨਰੀ ਵਗੈਰਾ ਤੁਸੀਂ ਖਰੀਦਦੇ ਹੋ, ਮੰਨ ਲਓ ਤੁਹਾਡੇ ਕੋਲ ਮਹਿੰਗੀਆਂ ਮਹਿੰਗੀਆਂ ਮਸ਼ੀਨਾਂ, ਪੱਠੇ ਵੱਢਣ ਵਾਲੀਆਂ, ਕੁਤਰਨ ਵਾਲੀਆਂ, ਅਚਾਰ ਬਣਾਉਣ ਵਾਲੀ, ਸਾਈਲੇਜ ਬਣਾਉਣ ਵਾਲੀਆਂ, ਹੈ ਨਾ, ਇਹ ਮਤਲਬ ਤੁਸੀਂ ਇਸ ਡੇਅਰੀ ਫਾਰਮ ਦੀ ਕਮਾਈ ਨਾਲ ਖਰੀਦੀਆਂ ਕਿ ਮੰਨ ਲਓ ਲੋਨ ਲਾਣ ਵਗੈਰਾ 'ਤੇ ਲਈਆਂ, ਜਾਂ ਕੋਈ ਲੋਨ ਮਿਲਦਾ ਜਾਂ ਕੋਈ ਸਰਕਾਰ ਵੱਲੋਂ ਸਹੂਲਤ ਹੈਗੀ ਆ, ਉਹਦੇ ਬਾਰੇ ਵੀ ਸਾਡੇ ਕਿਸਾਨ ਵੀਰਾਂ ਨੂੰ ਦੱਸੋ? ਇਹ ਇਸ ਤਰ੍ਹਾਂ ਜੀ, ਜੇ ਤਾਂ ਆਪਾਂ ਸੋਚੀਏ ਵੀ ਆਪਾਂ ਲੋਨ ਲੈ ਕੇ ਹੀ ਕੰਮ ਕਰਨਾ ਸਾਰਾ। ਅੱਛਾ, ਤੇ ਫਿਰ ਤਾਂ ਮਤਲਬ ਕਿ ਆਪਾਂ 1 ਕਰੋੜ ਰੁਪਈਆ ਲੋਨ ਲੈ ਲਈਏ ਤੇ 1 ਕਰੋੜ ਲੋਨ ਲੈ ਕੇ ਵੀ ਇਹ ਸਭ ਕੁਝ ਪੂਰਾ ਨਹੀਂ ਕਰ ਸਕਦੇ। ਠੀਕ ਹੈ ਜੀ, ਸਾਨੂੰ ਇਹ ਕੰਮ ਜਿਹੜਾ ਉਹ ਸਟੈਪ ਬਾਏ ਸਟੈਪ ਕਰਨਾ ਚਾਹੀਦਾ, ਕਰਨਾ ਚਾਹੀਦਾ। ਠੀਕ ਹੈ, ਅਸੀਂ ਜ਼ਿਆਦਾਤਰ ਮਤਲਬ ਕਿ ਫਾਰਮ ਦਾ ਜਿਹੜਾ ਰੁਝਾਨ ਆ ਮਤਲਬ 5 ਗਾਵਾਂ ਤੋਂ ਸ਼ੁਰੂ ਕੀਤਾ ਸੀ ਜਦੋਂ। ਅੱਛਾ, 1 ਵੱਛੀ ਤੋਂ ਬਾਅਦ ਤੁਹਾਨੂੰ ਦੱਸ ਹੀ ਹਟਿਆ, ਬਾਅਦ ਦੇ ਵਿੱਚ 1 ਹੋਰ ਖਰੀਦੀ, ਫਿਰ 1-2-3 ਹੋਰ ਲੈ ਲਈਆਂ, 5 ਤੋਂ ਸ਼ੁਰੂ ਕੀਤਾ ਸੀ 2005 ਤੋਂ। ਠੀਕ ਆ, ਉਸ ਤੋਂ ਬਾਅਦ ਤੁਸੀਂ ਮੇਰਾ ਉਹ ਪੁਰਾਣਾ ਸ਼ੈੱਡ ਦੇਖ ਹੀ ਚੁੱਕੇ ਹੋ, ਉੱਥੇ ਮੈਂ 25 ਡੰਗਰ ਦਾ ਫਾਰਮ ਕਰਦਾ ਰਿਹਾ। ਠੀਕ ਹੈ, ਤੇ 2018 ਦੇ ਵਿੱਚ ਮਤਲਬ ਕਿ ਆਪਾਂ ਆਹ ਸ਼ੈੱਡ ਬਣਾਇਆ ਜਿੱਥੇ ਤੁਸੀਂ ਬੈਠੇ ਹੋ। ਠੀਕ ਹੈ, ਜਿਹੜਾ ਤੁਸੀਂ ਦੁੱਧ ਦਾ ਮੰਨ ਲਓ ਇਹਦੀ ਮਾਰਕੀਟਿੰਗ ਕਿਹੜੀ ਕਿਹੜੀ ਕੰਪਨੀ ਨੂੰ ਕਰ ਰਹੇ ਹੋ ਜਾਂ ਲੋਕਲ ਸੇਲ ਕਰ ਰਹੇ ਹੋ, ਇਹਦੇ ਬਾਰੇ ਵੀ ਕਿਸਾਨ ਭਰਾਵਾਂ ਨੂੰ ਦੱਸੋ ਕਿ ਜਿਹੜੇ ਸਾਡੇ ਕਿਸਾਨ ਭਰਾ ਵਾ ਇਹ ਕਈਆਂ ਦਾ ਵਿਚਾਰ ਆ ਵੀ ਜੇ ਆਪਾਂ ਲੋਕਲ ਦੁੱਧ ਦੀ ਸੇਲ ਕਰੀਏ ਤਾਂ ਉਹਦੇ ਵਿੱਚ ਜ਼ਿਆਦਾ ਪ੍ਰੋਫਿਟ ਆ, ਕਈ ਬੰਦੇ ਕਹਿੰਦੇ ਆ ਨਹੀਂ ਜੀ ਅਸੀਂ ਇਕੱਠਾ ਜੇ ਕਿਸੇ ਨੂੰ ਚੁਕਾਈਏ ਤਾਂ 4 ਪੈਸੇ ਆ ਜਾਂਦੇ ਆ ਅਤੇ ਸਾਡੀ ਕੋਈ ਨਾ ਕੋਈ ਚੀਜ਼ ਬਣ ਜਾਂਦੀ ਆ, ਅਤੇ ਇਹ ਤੁਸੀਂ ਦੱਸੋ ਵੀ ਤੁਹਾਡੀ ਕਾਮਯਾਬੀ ਲੋਕਲ ਦੁੱਧ ਸੇਲ ਕਰਨ ਦੇ ਵਿੱਚ ਕਿ ਜਾਂ ਕੰਪਨੀਆਂ ਨੂੰ ਦੁੱਧ ਸੇਲ ਕਰਨ ਦੇ ਵਿੱਚ? ਇਹ ਤਾਂ ਵੀਰ ਜੀ ਦੇਖੋ ਵੀ ਆਪੋ ਆਪਣਾ ਰੁਝਾਨ ਆ, ਜਿਵੇਂ ਕਿਸੇ ਨੂੰ ਚੰਗਾ ਲੱਗਦਾ ਉਹ ਕਰਦਾ। ਠੀਕ ਹੈ ਜੀ, ਪਰ ਜੇ ਆਪਾਂ ਲੋਕਲ ਵਾਲੇ ਬੰਨੇ ਜਾਈਏ ਤਾਂ ਲੋਕਲ ਵਾਲੇ ਬੰਨੇ ਕੀ ਹੁੰਦਾ ਕਿ ਜਦੋਂ ਤਾਂ ਗਰਮੀ ਉਦੋਂ ਤਾਂ ਸਾਡੇ ਕੋਲੋਂ ਸਭ ਨੇ ਦੁੱਧ ਖਰੀਦ ਲੈਣਾ। ਬਿਲਕੁਲ, ਜਦੋਂ ਸਰਦੀ ਆ ਗਈ ਸਰਦੀ ਦੇ ਵਿੱਚ ਕਹਿਣਾ ਵੀ ਨਹੀਂ ਜੀ ਸਾਨੂੰ ਮੱਝਾਂ ਦਾ ਦੁੱਧ ਵੱਧ ਮਿਲਦਾ, ਅਸੀਂ ਗਾਵਾਂ ਦਾ ਦੁੱਧ ਨਹੀਂ ਲੈਣਾ। ਬਿਲਕੁਲ, ਪਰ ਅਸੀਂ ਨੈਸਲੇ ਦੇ ਨਾਲ ਜੁੜੇ ਹੋਏ ਹਾਂ। ਤੁਸੀਂ ਨੈਸਲੇ ਦੇ ਨਾਲ ਜੁੜੇ? ਹਾਂਜੀ ਹਾਂ, ਮੋਗੇ ਵਾਲੀ। ਹਾਂਜੀ, ਅਸੀਂ ਨੈਸਲੇ ਨਾਲ ਜੁੜੇ ਹੋਏ ਹਾਂ, ਉੱਥੇ ਸਾਡਾ ਆਪਣੇ ਫਾਰਮ ਦੇ ਉੱਤੇ ਪੈਕੋ ਲੱਗਾ ਹੈ ਤਾਂ ਗੱਡੀ ਆਉਂਦੀ ਹੈ, ਗੱਡੀ ਦੁੱਧ ਚੱਕ ਕੇ ਲੈ ਜਾਂਦੀ ਹੈ, 15 ਦਿਨਾਂ ਬਾਅਦ ਆਪਾਂ ਨੂੰ ਇਕੱਠੀ ਪੇਮੈਂਟ ਆਉਂਦੀ ਹੈ, ਜਿਹਦੇ ਨਾਲ ਕਿ ਅਸੀਂ ਜਿਹੜਾ ਆਪਦਾ ਬਿਜ਼ਨਸ ਵਧੀਆ ਚਲਾਈ ਜਾਂਦੇ ਹਾਂ। ਠੀਕ ਹੈ ਜੀ, ਹਾਂਜੀ, ਅਤੇ ਸਾਈਲੇਜ ਜਿਹੜਾ ਹਰ ਫਾਰਮਰ ਦੀ ਜਾਨ ਆ, ਸਾਈਲੇਜ ਹਰ ਇੱਕ ਫਾਰਮਰ ਨੂੰ ਬਣਾਉਣਾ ਹੀ ਪੈਂਦਾ। ਹਾਂਜੀ, ਅਤੇ ਆ 70 ਜਿਹੜੇ ਤੁਹਾਡੇ ਡੰਗਰ ਆ, ਹਾਂਜੀ,
ਇਹਨਾਂ ਵਾਸਤੇ ਕਿੰਨਾ ਕੁ ਸਾਈਲੇਜ ਤੁਸੀਂ ਜਿਹੜਾ ਹੈਗਾ ਵਾ ਤਿਆਰ ਕਰਦੇ ਹੋ, ਕਿੰਨੇ ਕੁ ਕਿੱਲਿਆਂ ਦੀ ਮੱਕੀ ਹੈ ਜਿਹੜੀ? ਹਾਂਜੀ ਹਾਂਜੀ, ਉਹ ਤਿਆਰ ਕਰਦੇ ਹੋ, ਕਿੰਨੀ ਆਪਦੀ ਵਿੱਚ ਖੇਤੀ ਕਰਦੇ ਹੋ ਤੇ ਕਿੰਨੀ ਤੁਹਾਨੂੰ ਮੁੱਲ ਲੈਣੀ ਪੈਂਦੀ? ਅਸੀਂ ਜੀ ਪਿਛਲੇ ਸਾਲ 27 ਏਕੜ ਦਾ ਸਾਈਲੇਜ ਬਣਾਇਆ, ਠੀਕ ਹੈ, ਜਿਹਦੇ ਵਿੱਚ 14 ਏਕੜ ਮੱਕੀ ਅਸੀਂ ਜਿਹੜੀ ਸੀਗੀ ਆਲੂ ਵਾਲੀ ਖਰੀਦ ਕੀਤੀ, ਠੀਕ ਹੈ ਜੀ, ਤਾਂ 13 ਏਕੜ ਮੱਕੀ ਸਾਡੀ ਆਪਦੀ ਸੀ ਜਿਹੜੀ ਕਿ ਕਣਕ ਕਟਾਈ ਕਰਕੇ ਉਸ ਤੋਂ ਬਾਅਦ ਬਿਜਾਈ ਕੀਤੀ। ਅੱਛਾ, ਉਹਦਾ ਸਾਈਲੇਜ ਬਣਾ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਸਾਰੀ ਬਾਸਮਤੀ ਲਾਉਂਦੇ ਹਾਂ ਹਰ ਸਾਲ। ਲਓ ਜੀ ਕਿਸਾਨ ਭਰਾਵੋ, ਗੱਲਾਂ 'ਚੋਂ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦਾ ਕਿ ਕਣਕ ਕੱਟ ਕੇ ਵੀ ਇਹ ਜਿਹੇ ਮੱਕੀ ਦੇ ਬੀਜ ਹੈਗੇ ਜਿਹੜੇ ਪੈਦਾ ਹੋ ਜਾਂਦੇ ਝੋਨਾ ਲੱਗਣ ਤੋਂ ਪਹਿਲਾਂ, ਅਤੇ ਉਹਨਾਂ ਨੂੰ ਸਾਈਲੇਜ ਕੰਪਨੀਆਂ ਜਿਹੜੀਆਂ ਕਈ ਕੰਪਨੀਆਂ ਸਾਈਲੇਜ ਬਣਾਉਂਦੀਆਂ ਉਹ ਖਰੀਦ ਲੈਂਦੀਆਂ 35-36-40 ਹਜ਼ਾਰ ਰੁਪਈਏ ਤੱਕ, ਜੇ ਜੀ ਮੱਕੀ ਹੋਵੇ ਉਹੋ ਜਿਹਾ ਖਰੀਦ ਲੈਣੀਆਂ। ਇਹ ਤੁਹਾਡੀ ਐਕਸਟਰਾ ਆਮਦਨ ਹੋ ਸਕਦੀ ਆ ਕਿ ਤੁਸੀਂ ਕਣਕ ਵਾਲੇ ਖੇਤ ਜਦੋਂ ਹੀ ਵਿਹਲੇ ਕਰਦੇ ਹੋ, ਅਤੇ ਨਾਲ ਦੀ ਨਾਲ ਕਈ ਕੰਪਨੀਆਂ ਦੇ ਅਜਿਹੇ ਬੀਜ ਆਉਂਦੇ ਆ ਜਿਹੜੇ ਛੇਤੀ ਪੱਕਦੇ ਆ ਅਤੇ ਸਾਈਲੇਜ ਵਾਸਤੇ ਤਿਆਰ ਹੁੰਦੇ ਆ, ਉਹ ਤੁਸੀਂ ਮੱਕੀ ਦੀ ਖੇਤੀ ਕਰ ਸਕਦੇ ਹੋ ਸਾਰੇ ਜਾਣੇ, ਤਾਂ ਕਿ ਜੇ ਆਪਦੇ ਪਸ਼ੂਆਂ ਵਾਸਤੇ ਸਾਈਲੇਜ ਬਣਾਉਣਾ ਤੋਂ ਵੀ, ਅਤੇ ਜੇ ਤੁਸੀਂ ਵੇਚਣਾ ਸੇਲ ਕਰਨਾ ਤੋਂ ਵੀ। ਅਤੇ ਆਪਾਂ ਬਾਈ ਜੀ ਨੂੰ ਪੁੱਛਦੇ ਹਾਂ ਵੀ ਅੱਜ ਕੱਲ੍ਹ ਜਿਹੜਾ ਦੁੱਧ ਅੱਜ ਕੱਲ੍ਹ ਜਾਂ ਮੰਨੀਏ ਜਾਂ ਮੈਂ ਪੀਕ 'ਤੇ ਪੁੱਛਾਂ, ਜਦੋਂ ਤੁਹਾਡੇ ਸਾਰੇ ਪਸ਼ੂ ਸੂਏ ਹੁੰਦੇ ਆ ਅਤੇ ਪੀਕ 'ਤੇ ਹੁੰਦਾ ਦੁੱਧ ਐਨ ਪੀਕ 'ਤੇ ਟੌਪ 'ਤੇ, ਤਾਂ ਉਦੋਂ ਕਿੰਨਾ ਦੁੱਧ ਤੁਸੀਂ ਹਰ ਰੋਜ਼ ਪੈਦਾ ਕਰਦੇ? ਸਾਡੇ ਕੋਲ ਇਸ ਤਰ੍ਹਾਂ ਜੀ ਹੁਣ ਕੋਈ 22 ਡੰਗਰ ਚਵਾਈ 'ਤੇ ਆ। ਅੱਛਾ, 22 ਡੰਗਰ ਚਵਾਈ 'ਤੇ, ਉਹਦੇ ਵਿੱਚੋਂ ਕੁਛ ਗਾਵਾਂ ਸਾਡੀਆਂ ਇਹੋ ਜਿਹੀਆਂ ਜਿਹੜੀਆਂ ਕਿ ਕੋਈ 3-4 ਮਹੀਨੇ ਦੀਆਂ। ਮੈਂ ਪੀਕ 'ਤੇ ਪੁੱਛਿਆ ਜੀ, ਪੀਕ ਮੀਨਸ ਜਦੋਂ ਤੁਹਾਡਾ ਸਾਰਾ ਮਤਲਬ ਟੌਪ 'ਤੇ ਹੋਣ। ਟੌਪ 'ਤੇ ਅਸੀਂ ਐਤਕੀ ਜੀ 600 ਲੀਟਰ ਤੱਕ ਗਏ ਹਾਂ। ਇੱਕ ਦਿਨ ਦੇ ਵਿੱਚ ਤੁਸੀਂ ਟੌਪ 'ਤੇ 600 ਲੀਟਰ ਤੱਕ ਦੁੱਧ ਪਾਇਆ ਵਾ? ਹਾਂਜੀ। ਮੰਨ ਲਓ, ਅਤੇ ਕੀ ਰੇਟ ਦਾ ਦੁੱਧ ਤੁਹਾਡਾ ਜਿਹੜਾ ਨੈਸਲੇ ਲੈ ਜਾਂਦੀ ਹੈ? ਸਾਡਾ ਹੁਣ ਜੀ 32 ਰੁਪਈਏ ਬਣ ਰਿਹਾ। ਠੀਕ ਆ, 32 ਰੁਪਈਏ ਦੇ ਹਿਸਾਬ ਨਾਲ ਟੌਪ 'ਤੇ ਤੁਸੀਂ 18-20 ਹਜ਼ਾਰ ਦਾ ਰੋਜ਼ਾਨਾ ਦੁੱਧ ਪਾਉਂਦੇ ਹੋ, ਅਤੇ ਮਹੀਨੇ ਦਾ 6 ਲੱਖ ਹੋ ਗਿਆ, ਅਤੇ 6 ਲੱਖ ਤੁਹਾਡੀ ਇਨਕਮ ਹੋ ਗਈ ਮੇਨ, ਅਤੇ ਉਹਦੇ ਵਿੱਚੋਂ ਕਿੰਨਾ ਕੁ ਖਰਚਾ ਤੁਸੀਂ ਇਹਨਾਂ ਡੰਗਰਾਂ 'ਤੇ ਕਰ ਦਿੰਦੇ ਹੋ? ਉਸ ਦੇ ਵਿੱਚੋਂ ਜੀ ਜੇ ਤਾਂ ਇਕੱਲੀ ਫੀਡ ਗਿਣੀਏ ਤਾਂ ਫੀਡ ਜਿਸ ਤਰ੍ਹਾਂ ਕਿ ਇਕੱਲੇ ਦੁੱਧ ਵਾਲੇ ਜਾਨਵਰ ਨਹੀਂ ਖਾਂਦੇ, ਉਹਦੇ ਵਿੱਚ ਜਿਹੜੀਆਂ ਹੀਫਰ ਹੈਗੀਆਂ ਉਹਨਾਂ ਨੂੰ ਫੀਡ ਪਾਉਂਦੇ ਹਾਂ, ਜਿਹੜੀਆਂ ਵਹਿੜਾਂ ਗੱਭਣਾ ਹੈ, ਹੁਣ ਸਾਡੇ ਕੋਲ 20 ਵਹਿੜਾਂ ਜਿਹੜੀਆਂ ਉਹ ਗੱਭਣਾ ਹੈ, ਠੀਕ ਹੈ ਜੀ, ਜਿਹੜੀਆਂ ਕਿ ਆਉਣ ਵਾਲੇ ਸੂਏ ਦੇ ਵਿੱਚ ਨਾਲ ਰਲਣਗੀਆਂ, ਕੁਛ ਗਰੋਵਰ ਹੈਗੀਆਂ, ਕੁਛ ਕਾਫ ਹੈਗੇ ਆ, ਜਾਂ ਇਹਦੀ ਟੋਟਲ ਸਾਰੀ ਮੰਨ ਕੇ ਫੀਡ ਜਿਹੜੀ ਆ ਸਾਡੀ 8,000 ਰੁਪਈਏ ਦੀ ਫੀਡ ਡੇਲੀ ਲੱਗ ਜਾਂਦੀ ਆ। 8,000 ਦੀ ਫੀ ਡੇਲੀ ਹੋ ਗਈ, ਮਤਲਬ 2.5 ਲੱਖ ਦਾ 2.5 ਲੱਖ, ਹਾਂ 2.5 ਲੱਖ ਰੁਪਈਆ। ਤੇ ਹੋਰ ਕੀ ਆ, ਹੋਰ ਖਰਚੇ ਕਿਹੜੇ ਆ? ਹੋਰ ਇਸ ਤੋਂ ਇਲਾਵਾ ਮੰਨ ਲਓ ਜੀ ਸਾਈਲੇਜ ਵੀ ਗਿਣੀਏ, ਹਾਂ, ਤੇ ਤੂੜੀ ਵੀ ਗਿਣੀਏ, ਪੂਰੀ ਚੀਜ਼ ਨੂੰ ਇਸ ਨੂੰ ਕੈਲਕੂਲੇਟ ਕਰੀਏ ਤਾਂ ਉਹਦੇ ਵਿੱਚੋਂ ਸਾਨੂੰ 1.5 ਲੱਖ ਰੁਪਈਆ ਮਹੀਨਾ ਬਚਦਾ। ਮੰਨ ਲਓ ਔਸਤਨ 1.5 ਲੱਖ ਰੁਪਈਆ ਤੁਹਾਨੂੰ ਮਹੀਨਾ ਬਚ ਜਾਂਦਾ, ਤੇ ਇਹਦੇ ਵਿੱਚ ਤੁਹਾਡੇ ਸਾਰਾ ਪਰਿਵਾਰ ਕੰਮ ਕਰਦਾ ਕਿ ਮੰਨ ਲਓ ਤੁਸੀਂ ਨਾਲ ਲੇਬਰ ਦੀ ਮਦਦ ਲੈਂਦੇ? ਅਸੀਂ ਆਪ ਵੀ ਕਰਦੇ ਹਾਂ ਜੀ, ਜਿਹੜੀ ਮਿਲਕਿੰਗ ਆ ਉਹ ਅਸੀਂ ਆਪ ਕਰਦੇ ਹਾਂ, ਫੀਡ ਅਸੀਂ ਆਪ ਪਾਉਂਦੇ ਹਾਂ, ਪਰ ਫਿਰ ਵੀ 2 ਬੰਦੇ ਸਾਡੇ ਕੋਲ ਜਿਹੜੇ ਉਹ ਨੌਕਰੀ ਕਰਦੇ, ਕਿਉਂਕਿ ਸਾਡਾ ਖੇਤੀਬਾੜੀ ਦਾ ਕੰਮ ਵੀ ਆ ਅਤੇ ਨਾਲ ਨਾਲ ਫਿਰ ਉਹ ਫਾਰਮ ਦਾ ਵੀ ਕੰਮ ਕਰਦੇ ਆ। ਠੀਕ ਆ, ਹਾਂ, ਜਿਹੜੀ ਗਾਂ ਤੁਹਾਡੀ ਇਸ ਵਕਤ 55 ਲੀਟਰ ਦੁੱਧ ਦੇ ਰਹੀ ਹੈ, ਮੰਨ ਲਓ ਉਹਨੂੰ ਤੁਸੀਂ ਸੇਲ ਕਰਨਾ, ਮੰਨ ਲਓ, ਅਤੇ ਉਹ ਕਿੰਨੀ ਕੁ ਕੀਮਤ ਦੀ ਹੋਊਗੀ? ਪਹਿਲੀ ਗੱਲ ਤਾਂ ਇਹ ਆ ਜੀ, ਦੇਖੋ ਜਿਹੜਾ ਟੌਪ ਦਾ ਜਾਨਵਰ ਆ ਵੀ ਆਪਾਂ ਸੋਚਦੇ ਹੀ ਨਹੀਂ ਉਹਨੂੰ ਵੀ ਸੇਲ ਕਰਨ ਬਾਰੇ, ਨਹੀਂ ਮੈਂ ਮੰਨ ਲਓ ਕਿਹਾ, ਅਤੇ ਜੇ ਆਪਾਂ ਹੁਣ 55 ਲੀਟਰ ਵਾਲੀ ਗਿਣੀਏ ਤਾਂ 2 ਲੱਖ ਤੋਂ ਪਲੱਸ ਹੋਊਗੀ, 2 ਲੱਖ ਤੋਂ ਪਲੱਸ। ਹਾਂਜੀ, ਕਿਸਾਨ ਭਰਾਵੋ, ਜਿਹੜੇ ਇਹ HF ਗਾਵਾਂ ਨਾ, ਇਹ 24 ਕੈਰਟ ਦੇ ਸੋਨੇ ਵਾਂਗੂ ਸਾਂਭ ਕੇ ਰੱਖਣੀਆਂ ਪੈਂਦੀਆਂ ਵਾਂ, ਅਤੇ ਇਹਨਾਂ ਦੀ ਕੀਮਤ ਜਿਵੇਂ ਜਿਵੇਂ ਸੋਨਾ ਵੱਧਦਾ ਉਵੇਂ ਉਵੇਂ ਵੱਧਦੀ ਆ। ਕਦੇ ਵੇਲਾ ਸੀਗਾ ਕਿ 30-35 ਹਜ਼ਾਰ ਦੀ ਆਮ ਗਾਂ ਮਿਲ ਜਾਂਦੀ ਸੀ, ਪਰ ਅੱਜ ਕੱਲ੍ਹ ਗਾਵਾਂ ਦੀ ਕੀਮਤ ਆ ਜਿਹੜੀ ਉਹ ਬਹੁਤ ਜ਼ਿਆਦਾ ਆ। ਅਤੇ ਅਸੀਂ ਬਾਈ ਹੁਣਾਂ ਨਾਲ ਗੱਲਬਾਤ ਕੀਤੀ, ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ, ਅਤੇ ਬਾਈ ਹੁਣਾਂ ਨੇ ਬੜੀ ਤਰਤੀਬ ਦੇ ਨਾਲ ਆਪਣੇ ਫਾਰਮ ਬਾਰੇ ਦੱਸਿਆ ਵਾ, ਅਤੇ ਇਹ ਬਾਈ ਹੁਣੀ ਜਿਹੜੇ ਹੈਗੇ ਆ, ਜੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋਵੋ ਤਾਂ ਅਸੀਂ ਇਹਨਾਂ ਦਾ ਮੋਬਾਈਲ ਨੰਬਰ ਲੈਣ ਲੱਗੇ ਹਾਂ, ਅਤੇ ਤੁਸੀਂ ਨੋਟ ਕਰ ਲਓ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ। ਆਪਣਾ ਮੋਬਾਈਲ ਨੰਬਰ ਹੈਗਾ ਜੀ 98-556, ਹਾਂਜੀ, 0-1258। ਇੱਕ ਨੰਬਰ ਹੋਰ ਆ ਜੀ 94-172, ਹਾਂਜੀ, 74-558। ਇੱਕ ਵੀਰ ਕੰਮ ਦੀ ਗੱਲ ਹੀ ਪੁੱਛਿਓ, ਬਾਈ ਨੇ 2 ਨੰਬਰ ਬੋਲਤੇ, ਤਾਂ ਇਹ ਨਾ ਹੋਵੇ ਵੀ ਮਤਲਬ ਵੀ ਫੋਨ ਲਾ ਕੇ ਬਾਈ ਆਹ ਕੀ ਆ, ਬਾਈ ਇਹ 'ਚ ਘਾਟਾ ਪੈ ਜਾਂਦਾ।
ਧੰਦਾ ਕੋਈ ਨਹੀਂ ਮਾੜਾ ਹੁੰਦਾ, ਬਸ ਮਿਹਨਤ ਕਰਨ ਦਾ ਇੱਧਰ ਉੱਧਰ ਮਾੜਾ ਮੋਟਾ ਫਰਕ ਹੁੰਦਾ। ਅਤੇ ਅਪੈਕਸ ਪੰਜਾਬੀ ਚੈਨਲ ਅਜਿਹੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹੂਗਾ। ਸੋ ਮਿਹਰਬਾਨੀ, ਸ਼ੁਕਰੀਆ, ਧੰਨਵਾਦ।